Baik. Halo bos. Good. Good. ਅਲਫਾ ਜ਼ੋਨ ਸਲੂਨ ਤੇ ਅਸੀਂ ਆ ਗਏ, ਲੇਕਿਨ ਮੈਂ ਬੰਦੇ ਨੂੰ ਦੇਖ ਰਿਹਾ ਘੰਟੇ ਤੋਂ ਯਾਰ, ਵਾਲ ਬਹੁਤ ਸੋਹਣੇ ਕਰੀ ਫਿਰਦਾ ਅਤੇ ਉਹਨੇ ਜੋ ਵਾਲ ਕੀਤੇ ਹੋਏ ਨੇ ਨਾ, ਉਹ ਤਾਂ ਆਈਡੀਆ ਪੁੱਛਣਾ ਵੀ ਉਹਨੇ ਮਤਲਬ ਬਣਾਏ ਕਿੱਦਾਂ, ਕੀਤੇ ਕਿੱਦਾਂ, ਠੀਕ ਹੈ? ਅਤੇ ਕਿਉਂਕਿ ਮੈਂ ਵੀ ਉਹੋ ਜਿਹੇ ਕਰਾਉਣਾ ਚਾਹੁੰਦਾ ਹਾਂ, ਅੱਜ ਦਿਖਾਉਣਾ ਮੈਂ ਤੁਹਾਨੂੰ। ਬਹੁਤ ਕਲਾ ਕੀਤੀ ਹੋਈ ਆ ਬਾਈ, ਇਹ ਬਦਲਾ ਲਿਆ ਕਿੰਨੇ ਹੈਪੀ ਬਦਲਾ ਲਿਆ ਕਿਸੇ। ਉਹ ਕਹਿੰਦਾ ਹੈ ਕਿ ਸਟੇਟ ਕਰਾ, ਬਹੁਤ ਬਹੁਤ ਵਧੀਆ ਲੱਗਣਾ। ਰਾਈਟ ਸਾਈਡ ਪੋਜ ਮਾਰੀ, ਹਾਂ ਦੇਖ ਬਾਈ, ਉਹ ਸਵੇਰੇ ਮੈਂ ਬਾਂਗਾ ਦਿੰਦਾ ਨਾ ਤਾਂ ਕਰਕੇ। ਓਕੇ ਯਾਰ, ਮਿਊਜ਼ਿਕ ਔਨ ਕਰ ਦੇ। ਗੁੱਡ ਮਾਰਨਿੰਗ ਗਾਇਜ਼, ਵੈਲਕਮ ਬੈਕ ਟੂ ਡੂ ਬ੍ਰੋ ਚੈਨਲ। ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਪਾਸ ਕਰਦਾ ਮੈਂ, ਠੀਕ ਹੈ? ਲਾਊਡ ਨਹੀਂ ਬੋਲ ਸਕਦਾ, ਇਸ ਲਈ ਸਲੋ ਬੋਲ ਰਿਹਾ ਵਾਂ। ਪ੍ਰੋਗਰਾਮ ਕੁਛ ਨਹੀਂ ਹੈ, ਦੁਬਈ ਆਏ ਸੀਗੇ, ਪਲਾਨ ਹੈਗਾ ਦੁਬਈ ਗੁਰਦੁਆਰੇ ਜਾਣ ਦਾ, ਠੀਕ ਹੈ? ਅਤੇ ਦਿਲ ਮਤਲਬ ਇੱਕ ਸੀਗਾ ਕਿ ਉਹਨੂੰ ਐਕਸਪਲੋਰ ਕਰੀਏ ਔਰ ਕਵਰ ਕੀਤਾ ਜਾਵੇ ਦੁਬਈ ਗੁਰਦੁਆਰਾ ਸਾਹਿਬ ਨੂੰ। ਇਹਨੂੰ ਇਹ ਨਹੀਂ ਸਮਝਣਾ ਕਿ ਵੀ ਯਾਰ ਮੈਂ ਡੀਪਲੀ ਜਾ ਕੇ ਐਕਸਪਲੋਰ ਕਰਾਂਗਾ ਜਾਂ ਐਕਸਪਲੇਨ ਕਰਾਂਗਾ, ਨਹੀਂ। ਐਜ਼ ਯੂਜ਼ੁਅਲ ਗੁਰਦੁਆਰੇ ਜਾਵਾਂਗੇ, ਜੋ ਪ੍ਰੋਸੀਜਰ ਆ ਜੋ ਹੁੰਦਾ ਉਹ ਟਰਾਈ ਮਤਲਬ ਕਰਾਂਗੇ, ਕਿਉਂਕਿ ਹਰ ਇੱਕ ਧਰਮ ਦੀ ਰਿਸਪੈਕਟ ਕਰਨਾ ਸਾਡਾ ਆਪਣਾ ਫਰਜ਼ ਹੈ ਔਰ ਆਪਾਂ ਨੂੰ ਕਰਨੀ ਵੀ ਚਾਹੀਦੀ ਆ। ਤਾਂ ਦਿਲ ਕੀਤਾ ਕਿ ਯਾਰ ਗੁਰਦੁਆਰਾ ਸਾਹਿਬ ਨੂੰ ਵੀ ਐਕਸਪਲੋਰ ਕੀਤਾ ਜਾਵੇ, ਓਕੇ, ਅਤੇ ਦੇਖਿਆ ਜਾਵੇ ਕੀ ਮਾਹੌਲ ਆ ਇੱਥੇ। ਹਾਲ ਤੱਕ ਮੈਂ ਵਿਜ਼ਿਟ ਨਹੀਂ ਕੀਤਾ ਗੁਰਦੁਆਰਾ ਸਾਹਿਬ ਦੁਬਈ ਦਾ, ਔਰ ਅੱਜ ਫਸਟ ਟਾਈਮ ਆ, ਦੇਖਦੇ ਕੀ ਐਕਸਪੀਰੀਅੰਸ ਹੁੰਦਾ। ਲੈਟਸ ਕਮ ਵਿਦ ਅਸ। ਫਰੈਂਡ ਆ ਗਏ ਨੇ, ਸ਼ੈਰੀ ਆ ਗਿਆ, ਭਿੰਡਰ ਆ ਗਿਆ, ਭਿੰਡਰ ਨੂੰ ਆਫਟਰ ਲੌਂਗ ਟਾਈਮ ਬਾਅਦ ਮਿਲੇ ਹਾਂ। ਛੋਟਾ ਭਾਈ ਮੇਰੇ ਨਾਲ ਹੁੰਦਾ ਹੀ ਆ, ਅਤੇ ਮੈਂ, ਅਤੇ ਹੁਣ ਇੱਕ ਗੱਡੀ ਦੀ ਲੁੱਕ ਮੈਂ ਦਿਖਾ ਦਾਂ ਕਿ ਕੱਲ੍ਹ ਥੋੜ੍ਹਾ ਜਿਹਾ ਕਾਰ 'ਤੇ ਇੱਕ ਡੈਕੋਰੇਸ਼ਨ ਜੀ ਕਰਵਾਈ ਸੀ, ਉਹ ਤੁਹਾਨੂੰ ਦਿਖਾ ਦਿੰਦਾ ਮੈਂ। ਓਕੇ ਬਾਬਾ, ਗੱਡੀ ਦੀਆਂ ਇੱਕ ਦੋ ਫੋਟੋ ਤਾਂ ਲੈ ਲਈਆਂ, ਤੁਹਾਨੂੰ ਵਲੌਗ ਦੇ ਵਿੱਚ ਐਡ ਕਰ ਦਿਓ, ਦੱਸਿਓ ਕਿੱਦਾਂ ਲੱਗੀ, ਠੀਕ ਹੈ? ਅਤੇ ਹੁਣ ਮਿਲੋ ਭਿੰਡਰ ਨੂੰ। ਭਿੰਡਰ ਮਿਲਿਆ ਸਾਨੂੰ ਕਮ ਸੇ ਕਮ ਵੀ ਇੱਕ ਮਹੀਨੇ ਬਾਅਦ। ਕਿਉਂ ਭਿੰਡਰ ਭਾਈ, ਰੀਜ਼ਨ ਕੀ ਹੈ? ਰੀਜ਼ਨ ਬਾਈ ਬਸ ਮੈਂ ਇਹ, ਟਾਈਮ ਨਹੀਂ ਲੱਗਿਆ ਥੋੜ੍ਹਾ ਜਿਹਾ ਡਿਊਟੀ ਕਰਕੇ, ਪਰ ਆਪਾਂ ਇੱਕ ਮਹੀਨੇ ਤੋਂ ਜ਼ਿਆਦਾ ਟਾਈਮ ਨਹੀਂ ਪੈਣ ਦਿੱਤਾ ਬਾਈ, ਜਿਵੇਂ ਤੋਂ ਇਕੱਤੀ ਮਾਦਾ ਨਹੀਂ ਹੋਣ ਦਿੱਤਾ ਬਾਈ, ਮਾਦਾ ਨਹੀਂ ਹੋਣ ਦਿੱਤਾ, ਮਿਲ ਪਏ ਹਾਂ ਜਿੰਨੇ ਵੀ ਆ। ਬਾਕੀ ਚੈਨਲ ਸਾਡਾ ਸਬਸਕ੍ਰਾਈਬ ਕਰ ਦਿਓ, ਡੂ ਬ੍ਰੋ ਵਲੌਗ। ਵੈਰੀ ਗੁੱਡ, ਕਾਫੀ ਟਾਈਮ ਬਾਅਦ ਤੁਹਾਨੂੰ ਕਹਿਣ ਲੱਗਾ ਸਾਰਿਆਂ ਨੂੰ, ਅਤੇ ਕਈ ਫਰੈਂਡ ਨਵੇਂ ਵੀ ਆ, ਕਈ ਪੁਰਾਣੇ ਵੀ ਆ, ਅਤੇ ਬਾਕੀ ਲਾਈਕ ਕਮੈਂਟ ਸ਼ੇਅਰ ਕਰ ਦਿਓ, ਅਤੇ ਵਾਲ ਇੱਦਾਂ ਖੜੇ ਹੁੰਦੇ ਹੁੰਦੇ ਆ ਵਾਲ ਬਾਈ ਯਾਰ, ਹੁਣ ਕਰਦੇ ਯਾਰ ਵਾਲ। ਇਹ ਬੰਦੇ ਨੂੰ ਤੁਸੀਂ ਮਿਲੀ ਲਿਆ ਨਾ, ਇਹ ਤਾਂ ਪੁਰਾਣਾ ਬੰਦਾ ਆਪਣਾ, ਅਤੇ ਚਲੋ ਮਿਲਦੇ ਹਾਂ ਹੁਣ ਸਿੱਧਾ ਗੁਰਦੁਆਰੇ। ਉਧਰ ਉਧਰ ਇੱਕ ਨੰਬਰ ਇੱਧਰ ਬਾਈ, ਇੱਧਰ ਦੀ ਜਾ। ਪਾਪੀ ਅੱਜ ਪਾਪ ਕੀ ਕਹਿੰਦੇ, ਅੱਜ ਭੁੱਲਾਂ ਬਖਸ਼ਾਉਣ ਆਇਆ ਪਾਪ। ਆਹ
ਮਹਾਰਾਜ ਤੁਹਾਨੂੰ ਬਰੀਫਿੰਗ ਮੈਂ ਥੋੜ੍ਹਾ ਟਾਈਮ ਠਹਿਰ ਕੇ ਦੇ ਦਾਂਗਾ ਨਾ ਉਹ ਅਸੀਂ ਜਾ ਰਹੇ ਅੰਦਰ ਮੱਥਾ ਟੇਕਣ ਬਾਈ ਹੁਣੀ ਅੱਗੇ ਅੱਗੇ ਜਾ ਰਹੇ ਨੇ ਠੀਕ ਆ ਮੈਂ ਉਹਨਾਂ ਦੇ ਮਗਰ ਮਗਰ ਫਸਟ ਫਲੋਰ 'ਤੇ ਸੀਗਾ ਠੀਕ ਹੈ ਇੱਥੋਂ ਪੌੜੀਆਂ ਉਤਰ ਕੇ ਸਿੱਧਾ ਪੌੜੀਆਂ ਡਾਊਨ ਸਟੇਅਰ ਗਰਾਊਂਡ ਫਲੋਰ 'ਤੇ ਆਓ ਦਿਸ ਇਜ਼ ਦ ਲੰਗਰ ਹਾਲ ਬੰਦੇ ਸੇਵਾਦਾਰ ਨੇ ਜਦੋਂ ਤੁਸੀਂ ਆ ਕੇ ਬੈਠੋਗੇ ਹਾਲ ਦੇ ਵਿੱਚ ਆਉਂਦੇ ਆ ਇੱਕ ਮਤਲਬ 2 ਸੈਕਿੰਡ ਤੋਂ ਜ਼ਿਆਦਾ ਨਹੀਂ ਹੋਣ ਦਿੱਤੇ ਬੜੀ ਮਿਹਰਬਾਨੀ ਇੱਧਰ ਮਕਾਉਣਾ ਲੰਗਰ ਆਉਣ ਦੇ ਪਟਾਕੇ ਬਾਬਾ ਜੀ ਲੰਗਰ ਛਕ ਲਿਆ ਪਲੇਟ ਆ ਹੁਣ ਜਿਹੜਾ ਵੇਸਟ ਆ ਉੱਥੇ ਪਾ ਕੇ ਸੁੱਟ ਦੇਣਾ ਕਲੀਨਿੰਗ ਲਈ ਬੰਦਾ ਆਲਵੇਸ ਔਰ ਸ਼ਹਿਰੀ ਬਾਈ ਨੂੰ ਖੀਰ ਨਹੀਂ ਮਿਲਦੀ ਬਾਈ ਹੈ ਨਾ ਪਹੁੰਚ ਨਹੀਂ ਰਹੇ ਸੇਵਾ ਦਾ ਖੀਰ ਆ ਉਹ ਫਿਰਦਾ ਫੜਨ ਆਏ ਵੇਟ ਕਰ ਰਹੇ ਖੀਰ ਦਾ ਇਹਨੇ ਕੋਈ ਪ੍ਰਸ਼ਾਦੇ ਵਾਲਾ ਬੰਦਾ ਕੋਲੋਂ ਨਹੀਂ ਨਿਕਲਣ ਦਿੱਤਾ ਆਈ ਨਾ ਤਰੱਕੇ ਆ ਇਹਨੂੰ ਹੁਣ ਸਾਡੇ ਕੋਲ ਸਾਰੇ ਗੇੜਾ ਬਾਬਾ ਜੀ ਬਾਬਾ ਜੀ ਪਾਇਓ ਉਹ ਫਾਈਨਲੀ ਖੀਰ ਆ ਗਈ ਬਾਈ ਕੋਲੇ ਉਹ ਤਾਂ ਪਾ ਦੋ ਬਾਈ ਬਾ ਨਹੀਂ ਹੈ ਬਾ ਗਾਇਸ ਅਗਰ ਦੇਖਿਆ ਜਾਵੇ ਲੰਗਰ ਹਾਲ ਦੇ ਫੈਸਿਲਿਟੀਜ਼ ਨੀਟ ਐਂਡ ਕਲੀਨ ਕਲੀਨਰ ਆਲਵੇਜ਼ ਸਫਾਈ ਕਰਨ ਲੱਗੇ ਹੋਏ ਨੇ ਔਰ ਅਗਰ ਜੋ ਵੀ ਵੇਸਟ ਜਾ ਰਿਹਾ ਪਲਾਸਟਿਕ ਉੱਥੇ ਪਿਆ ਵਾ
ਤੁਸੀਂ ਪਲਾਸਟਿਕ ਉੱਥੇ ਪਾ ਸਕਦੇ ਹੋ। ਲੰਗਰ ਹਾਲ ਦਾ ਜੋ ਮੇਨ ਗੇਟ ਆ, ਉਹ ਸਾਈਡ 'ਤੇ ਆ, ਠੀਕ ਹੈ, ਉੱਥੋਂ ਐਂਟਰ ਹੋ ਜਾਓ ਅਤੇ ਸਾਰੇ ਮਤਲਬ ਡੀਸੈਂਟ ਤਰੀਕੇ ਨਾਲ ਬਹਿ ਕੇ ਆਪਦਾ ਲੰਗਰ ਪਾਣੀ ਛਕ ਕੇ ਤਰੀਕੇ ਨਾਲ ਜਾਂਦਾ। ਮੈਨੂੰ ਕੋਈ ਫਰਕ ਨਹੀਂ ਲੱਗਿਆ ਪੰਜਾਬ ਦੇ ਗੁਰਦੁਆਰੇ ਆਉਣ ਇਹਦੇ ਵਿੱਚ, ਲੇਕਿਨ ਸਾਰਾ ਸੇਮ ਹੀ ਸਿਸਟਮ ਆ, ਨੀਟ ਐਂਡ ਕਲੀਨ। ਪੰਜਾਬ 'ਚ ਵੀ ਇੱਦਾਂ ਹੀ ਹੁੰਦਾ। ਕਿਉਂ ਸ਼ੇਰੀ ਕੋਈ ਐਨੀ ਪੁਆਇੰਟ ਦੱਸਣਾ ਕੁਛ ਬਾਈ? ਲੰਗਰ ਖਾਣ ਦਾ ਸਵਾਦ ਲੈਦਾ, ਬਾਕੀ ਬਾਕੀ ਜਿਹੜਾ ਲੈਦਾ ਲੰਗਰ ਲੈਦਾ, ਲੰਗਰ ਲੈਦਾ। ਮਤਲਬ ਇਹਦੇ ਸਵਾਦ ਵਰਗਾ ਸਵਾਦ ਤੁਹਾਨੂੰ ਕਿਤੇ ਘਰ 'ਚ ਵੀ ਨਹੀਂ ਮਿਲ ਸਕਦਾ, ਕਿਤੇ ਹੋਟਲ 'ਚ ਵੀ ਨਹੀਂ ਮਿਲ ਸਕਦਾ, ਇੱਥੇ ਹੀ ਮਿਲੇ। ਬਿਲਕੁਲ ਮੇਨ ਗੇਟ ਆ, ਐਂਟਰ ਹੋ ਗਏ, ਇੱਥੇ ਸ਼ੂਜ਼ ਜਮ੍ਹਾਂ ਹੁੰਦੇ ਆ, ਔਰ ਉੱਥੇ ਜੈਂਟਸ ਟੋਇਲਟ ਜਾ ਸਕਦੇ ਹੈ। ਟੋਕਨ ਨੰਬਰ ਬਾਈ ਕਿੱਧਰ ਗਿਆ? ਗੁੰਮ ਗਿਆ ਸੀ, ਚੱਪਲੀਆਂ ਲੈ ਦੋ ਮੇਰੀਆਂ ਕਿੱਥੇ ਨੇ? ਲਓ ਜੀ, ਬੜੀ ਮਿਹਰਬਾਨੀ, ਥੈਂਕ ਯੂ ਵੀਰੇ, ਧੰਨਵਾਦ ਤੁਸੀਂ ਸਾਨੂੰ ਸੇਵਾ ਤੋਂ। ਭਿੰਡਰ ਬਾਈ ਗੁਰਦੁਆਰੇ ਦਾ ਇੰਟਰਨਲ ਵਿਜ਼ਿਟ ਹੋ ਗਿਆ, ਮੱਥਾ ਟੇਕਤਾ, ਲੰਗਰ ਛਕ ਲਿਆ, ਚਾਹ ਪੀ ਲਈ ਅਤੇ ਨਾਲ ਜਿੱਥੇ ਲੈ ਜਾਓਗੇ ਉੱਥੇ ਚਲੇ ਜਾਵਾਂਗੇ। ਹਾਂ, ਜੇ ਕੋਈ ਮਿਸਟੇਕ ਹੋਈ ਹੋਵੇ ਭੁੱਲ ਚੁੱਕ ਸਾਨੂੰ ਮਾਫ਼ ਕਰ ਦਿਓ। ਔਰ ਪਿੱਛੇ ਦੁਬਈ ਦਾ ਗੁਰਦੁਆਰਾ, ਠੀਕ ਹੈ, ਤੁਹਾਨੂੰ ਮੈਂ ਦੱਸਾਂਗਾ ਦਰਬਾਰ ਦੁਬਈ ਅਤੇ ਤੁਹਾਨੂੰ ਫੁੱਲ ਵਿਊ ਇਹਦਾ। ਗੁਰੂ ਨਾਨਕ ਦਰਬਾਰ ਆਫ ਦੁਬਈ, ਇਹ ਨਾ ਸੋਚੋ ਕਿ ਮਤਲਬ ਬਾਹਲਾ ਡੀਪ ਡਿਸਕ੍ਰਾਈਬ ਕਰੂੰਗਾ ਗੁਰਦੁਆਰਾ ਸਾਹਿਬ ਨੂੰ, ਉਨਾ ਮੈਨੂੰ ਨੌਲੇਜ ਹੈ ਨਹੀਂ। ਟੂ ਬੀ ਵੈਰੀ ਓਨੈਸਟ, ਗਏ ਸਿੰਪਲੀ ਮੱਥਾ ਟੇਕਿਆ, ਜੋ ਕੀਤਾ ਵੈਰੀ ਸਿੰਪਲ, ਕੋਈ ਗਲਤੀ ਜਾਂ ਮਿਸਟੇਕ ਹੋ ਗਈ ਹੋਵੇ। ਕਿਉਂ ਸ਼ੈਰੀ? ਅਤੇ ਸ਼ੈਰੀ ਤੋਂ ਸਪੈਸ਼ਲ, ਅਗਰ ਇਹ ਤੋਂ ਹੋ ਜਾਂਦੀਆਂ ਨੇ, ਔਰ ਮੇਰੇ ਤੋਂ ਵੀ ਹੋ ਜਾਂਦੀਆਂ ਨੇ, ਤਾਂ ਪਲੀਜ਼ ਮਾਫ਼ ਕਰ ਦਿਓ। ਠੀਕ ਹੈ, ਸਾਰਿਆਂ ਤੋਂ ਹੋ ਜਾਂਦੀਆਂ, ਅਤੇ ਤੋਂ ਹੋ ਜਾਂਦੀਆਂ, ਸਾਰਿਆਂ ਤੋਂ ਗਲਤੀਆਂ ਹੋ ਜਾਂਦੀਆਂ, ਬੰਦਾ ਗਲਤੀਆਂ ਦਾ ਪੁਤਲਾ।